ਕੌਮਾਂਤਰੀ ਮਲੇਰੀਆ ਦਿਵਸ ਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਿਹਤ ਵਿਭਾਗ ਵੱਲੋਂ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ। ਵਿਸ਼ਵ ਮਲੇਰੀਆ ਦਿਵਸ ਤੇ ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਿਵਲ ਹਸਪਤਾਲ ਵਿੱਚ ਇੱਕ ਸੈਮੀਨਾਰ ਕਰਵਾਇਆ। ਇਸ ਸੈਮੀਨਾਰ ਵਿੱਚ ਲੈਬ ਮਾਹਿਰ ਅਤੇ ਜ਼ਿਲ੍ਹੇ ਦੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਹਿੱਸਾ ਲਿਆ। ਸਿਵਲ ਸਰਜਨ ਨੇ ਮਲੇਰੀਆ ਤੋਂ ਬਚਾਅ ਕਰਨ ਲਈ ਜਾਣਕਾਰੀ ਦਿੱਤੀ। ਇਸ ਮੌਕੇ ਸਿਹਤ ਵਿਭਾਗ ਨੇ ਮਲੇਰੀਆ ਦੀ ਬਿਮਾਰੀ ਤੋਂ ਬਚਣ ਲਈ ਇੱਕ ਪੋਸਟਰ ਵੀ ਜਾਰੀ ਕੀਤਾ। ਇਹ ਵਰਲਡ ਮਲੇਰੀਆ ਡੇ ਹਰ ਸਾਲ 25 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਔਰ ਇਸ ਉਸੇ ਦੇ ਤਹਿਤ ਹੀ ਅੱਜ ਵੀ ਇਹ ਵਰਲਡ ਮਲੇਰੀਆ ਡੇ ਸਿਵਲ ਸਰਜਨ ਦਫ਼ਤਰ ਵਿਖੇ ਮਨਾਇਆ ਗਿਆ, ਜਿਸ ਦਾ ਕਿ ਮੇਨ ਥੀਮ ਹੈਗਾ ਜੀਰੋ ਮਲੇਰੀਆ ਸਟਾਰਟਸ ਵਿਦ ਮੀ। ਕਹਿਣ ਤੋਂ ਭਾਵ ਕਿ ਅਸੀਂ ਅਗਰ ਆਪਣਾ ਸਾਰੇ ਆਪਣਾ ਆਪਣਾ ਰੋਲ ਅਦਾ ਕਰੀਏ ਤਾਂ ਮਲੇਰੀਆ ਦਾ ਲੈਵਲ ਅਸੀਂ ਜੀਰੋ ਲਿਆ ਸਕਦੇ ਹਾਂ ਔਰ ਸਮਾਜ ਦੇ ਵਿੱਚੋਂ ਮਲੇਰੀਆ ਵਰਗੀ ਨਾਮਰਾਦ ਬਿਮਾਰੀ ਨੂੰ ਅਸੀਂ ਖਤਮ ਕਰ ਸਕਦੇ। ਇਸ ਦੇ ਰਾਹੀਂ ਅੱਜ ਜੋ ਮੈਸੇਜ ਸਮਾਜ ਦੇ ਦਿੱਤਾ ਗਿਆ ਕਿ ਮੱਛਰ ਕਾਰਨ ਕਿੰਨਾ ਨੁਕਸਾਨ ਜਾਂ ਕਿੰਨੀਆਂ ਕੀਮਤੀ ਜ਼ਿੰਦਗੀਆਂ ਹਰ ਸਾਲ ਦਾ ਅਸੀਂ ਨੁਕਸਾਨ ਹੋ ਰਿਹਾ, ਜ਼ਿੰਦਗੀਆਂ ਲੋਸ ਹੋ ਰਹੀਆਂ ਔਰ ਅਗਰ ਉਸਨੂੰ ਅਸੀਂ ਕੰਪੇਅਰ ਕਰਦੇ ਹਾਂ ਦੂਸਰੀ ਬਿਮਾਰੀਆਂ ਨਾਲ ਜਾਂ ਈਵਨ ਐਕਸੀਡੈਂਟਸ ਨਾਲ, ਉਹਨਾਂ ਸਾਰਿਆਂ ਤੋਂ ਜ਼ਿਆਦਾ ਮੌਤਾਂ ਜਿਹੜੀਆਂ ਹੋ ਰਹੀਆਂ ਉਹ ਮਲੇਰੀਆ ਕਰਕੇ ਹੋ ਰਹੀਆਂ। ਪਰ ਇੱਥੇ ਮੈਂ ਦੱਸਣਾ ਚਾਹੂੰਗਾ ਕਿ ਪਿਛਲੇ ਸਾਲਾਂ ਤੋਂ ਲਗਾਤਾਰ ਆਪਣੇ ਜ਼ਿਲ੍ਹੇ ਵਿੱਚ ਕੀਤੇ ਜਾ ਰਹੇ ਯਤਨਾਂ ਸਦਕਾ ਮਲੇਰੀਆ ਆਪਣੇ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਘੱਟ ਗਿਆ ਹੈਗਾ ਔਰ ਅਗਰ ਅਸੀਂ ਸਾਰੇ ਮਿਲ ਕੇ ਆਪਣਾ ਆਪਣਾ ਰੋਲ ਇੰਡੀਵਿਜੁਅਲੀ ਅਦਾ ਕਰਾਂਗੇ ਤਾਂ ਕੋਈ ਕਾਰਨ ਨਹੀਂ ਕਿ ਅਸੀਂ ਇਸ ਨੂੰ ਜ਼ੀਰੋ ਲੈਵਲ 'ਤੇ ਨਾ ਲਿਆ ਸਕੀਏ ਔਰ ਮੈਂ ਇਸੇ ਉਮੀਦ ਦੇ ਨਾਲ ਅੱਜ ਸਾਰਿਆਂ ਨੂੰ ਵੀ ਇਹੀ ਮੈਸੇਜ ਦਿੱਤਾ ਹੈ। ਸ਼੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਢੁੱਡੀ ਦੀ ਰਿਪੋਰਟ।